आजाद न्यूज टीम देख रहे सारे दोस्तों मित्रों मेरे वालों प्यार भरी सत श्री अकाल दोस्तों अज धूरी दे विच एसडीएम ऑफिस विखे एक श्रोमणी अकाली दल वालों रोस प्रदर्शन किया जा रहा है जिस विच के भारी तादाद दे विच लोकां दा इकट्ठ वेखण नूं मिल रहा है तो उस दे दौरान आपां पार्टी दे नाल गलबात करदे आं ते उहनां दे बयान सुणदे आं कि जो ये रोस धरना दिता गया है वह किस कारण दिता गया है तो उहनां दा अगला एजेंडा की है लो जी गलबात करदे आं अपना वर्करां दे नाल कि उह की कहना चाहुंदे ने ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਵੀ ਤੁਹਾਡਾ ਆਜ਼ਾਦ ਨਿਊਜ਼ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬਾਈ ਧੰਨਵਾਦ ਤੁਹਾਡਾ ਤੁਸੀਂ ਵੀ ਇੱਥੇ ਪਹੁੰਚੇ ਹੋ ਵੀ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਦਵਿੰਦਰ ਸਿੰਘ ਦਵਿੰਦਰ ਸਿੰਘ ਵੀਰ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਇਹ ਰੋਸ ਧਰਨਾ ਦੇਣ ਦਾ ਮਤਲਬ ਕੀ ਹੈ ਇਹਦਾ ਮਤਲਬ ਬਾਈ ਇਹ ਹੈ ਜਿਹੜੀ ਸੁੱਤੀ ਹੋਈ ਸਰਕਾਰ ਆ ਨਾ ਜਿਹੜੀ ਬਿਨਾ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਚੱਲ ਰਹੀ ਹੈ ਉਹਨਾਂ ਨੂੰ ਜਗਾਉਣ ਵਾਸਤੇ ਵੀ ਤੁਸੀਂ ਨੇ ਲੋਕਾਂ ਨਾਲ ਐਡੇ ਐਡੇ ਝੂਠ ਜਿਹੜੇ ਵਾਅਦੇ ਕੀਤੇ ਨੇ ਝੂਠੇ ਕਾ ਸਾਹਿਬ ਦਾ ਸਭ ਕੁਝ ਤਲਵੰਡੀ ਚੱਕ ਕੇ ਸੌਂ ਖਾਧੀ ਵੀ ਅਸੀਂ ਨਸ਼ਾ 4 ਹਫ਼ਤੇ 'ਚ ਖਤਮ ਕਰਾਂਗੇ ਹੋਰ ਬੜੇ ਅਨੇਕਾਂ ਵਾਅਦੇ ਸੀਗੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਸੁਨੇਹਾ ਲਾਇਆ ਸਾਰੇ ਪੰਜਾਬ ਦੇ ਵਿੱਚ ਵੀ ਆਪਾਂ ਨੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਰੋਸ ਧਾਰਨ ਮਤਲਬ ਇਹ ਮਜ਼ਾਰੇ ਕਰਨੇ ਨੇ ਜੀ ਜਿਹੜਾ ਇਹ ਪੈਟਰੋਲ ਤੇ ਡੀਜ਼ਲ ਦੀਆਂ ਇੰਨਾ ਜ਼ਿਆਦਾ ਵੱਧਦੀਆਂ ਕੀਮਤਾਂ ਨੇ ਉਹਦੇ ਵਿੱਚ ਆਪਣੀ ਸਟੇਟ ਗਵਰਨਮੈਂਟ ਵੀ ਕੁਝ ਇਨਵੋਲਵ ਹੈ ਬਿਲਕੁਲ ਬਾਈ ਜੀ ਦੇਖੋ ਇਹ ਨਾ ਜਿਵੇਂ ਮੈਂ ਪਹਿਲਾਂ ਕਿਹਾਗਾ 25 ਰੁਪਏ ਤੱਕ ਪਹਿਲਾਂ ਆਪਾਂ ਪੈਟਰੋਲ ਪੰਪ ਤੇ ਜਾ ਕੇ ਇਹਨਾਂ ਨੂੰ ਛਗਣ ਪਾਉਣਾ ਪੈਂਦਾ 25 ਰੁਪਏ ਪੰਜਾਬ ਸਰਕਾਰ ਦਾ ਬੈਟ ਹੈ ਤੇ 31 ਰੁਪਏ ਹੈਗਾ ਸੈਂਟਰ ਸਰਕਾਰ ਦਾ ਬੈਟ ਤੁਸੀਂ ਆਪ ਲਾ ਲਓ 31 ਤੇ 25 ਵਿੱਚੋਂ ਕੱਢ ਦਿਓ ਉਹਦੇ ਵਿੱਚ ਮਗਰ ਪੰਜਾਬ ਦੇ ਵਿੱਚ ਲੋਕਾਂ ਨੂੰ ਕਿੰਨਾ ਕੁ ਰਹਿ ਗਿਆ ਤੇਲ ਜਿਹੜਾ ਮਹਿੰਗਾ ਲੱਗੇਗਾ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਇਹਨਾਂ ਨੂੰ ਇਹ ਬੈਟ ਘਟਾਉਣਾ ਚਾਹੀਦਾ ਹੁਣ ਜਦ ਕਿ ਦੂਸਰਾ ਤੁਸੀਂ ਜਿਹੜੇ ਖੇਤੀਬਾੜੀ ਦੇ ਕਾਨੂੰਨ ਚੱਲ ਰਹੇ ਨੇ ਜਿਨ੍ਹਾਂ ਵਾਸਤੇ ਆਪਣੇ ਪ੍ਰੋਸਪਤਰ ਧਰਨੇ ਚੱਲ ਰਹੇ ਨੇ ਕਮ ਸੇ ਕਮ ਉਹਨਾਂ ਨੂੰ 6 ਮਹੀਨੇ ਹੁਣ ਜਾ ਰਹੇ ਨੇ ਜੋ ਸ਼ੁਰੂ ਤੋਂ ਚੱਲ ਰਹੇ ਸੀ ਤੇ ਉਹਦੇ ਬਾਰੇ ਤੁਸੀਂ ਕੀ ਬਾਈ ਜੀ ਦੇਖੋ ਉਹ ਤਾਂ ਦੇਖੋ ਲੰਮੀ ਲੜਾਈ ਆ ਲੰਮਾ ਘੋਲ ਹੈ ਉਹ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਇਹ ਇਹਨਾਂ ਨੂੰ 30-32 ਸਾਲ ਲੱਗੇ ਜੇ ਕੰਮ ਲਿਆਉਂਦਿਆਂ ਨੂੰ ਮੋਦੀ ਸਰਕਾਰ ਇਹਦੇ ਵਿੱਚ ਬਹੁਤ ਮਤਲਬ ਪਿੱਛੋਂ ਲੱਗੀ ਆ ਪਹਿਲਾਂ ਤਾਂ ਇਹ 91-92 ਦੀਆਂ ਨੀਤੀਆਂ ਨੇ ਜਿਹੜੀਆਂ ਨਸੀਮਾ ਰਾਓ ਦੀ ਸਰਕਾਰ ਸੀ ਤੇ ਮਨਮੋਹਨ ਸਿੰਘ ਉਦੋਂ ਵਿੱਤ ਮੰਤਰੀ ਸੀ ਉਦੋਂ ਦੀਆਂ ਇਹ ਵਿਸ਼ਵ ਵਪਾਰ ਸੰਸਥਾ ਦੇ ਮੈਂਬਰ ਹੋਣ ਕਰਕੇ ਹਿੰਦੁਸਤਾਨ ਨੂੰ ਇਹ ਸਾਰਾ ਕੁਝ ਹੋ ਰਿਹਾ ਕਾਨੂੰਨ ਦੀ ਜਿਹੜੀ ਲੜਾਈ ਹੈ ਉਹ ਲੰਬੀ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਾਡੀਆਂ 250 ਤੋਂ ਉੱਪਰ ਉੱਥੇ ਸ਼ਹਾਦਤਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਵੀ ਸੈਸ਼ਨ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਤੇ ਸਾਨੂੰ ਨਾਲ ਨਾ ਉਹਨਾਂ ਨੇ ਕੀ ਦਿੱਤਾ ਇੱਕ ਅੰਦੋਲਨ ਜੀਵੀ ਤੇ ਪਰਜੀਵੀ ਪਰਜੀਵੀ ਆ ਜਿਹੜਾ ਉਹ ਬਹੁਤ ਵੱਡੀ ਗਾਲ ਹੈ ਉਹ ਇਹ ਹੁੰਦਾ ਹੈ ਵੀ ਆਪਾਂ ਇੱਕ ਕੀੜੇ ਹਾਂ ਆਪਣੇ ਆਪ ਨੂੰ ਆਪਾਂ ਨੂੰ ਪਛਾਣਨਾ ਪਊਗਾ ਦੇਖੋ ਜਿਹੜਾ ਕਾਨੂੰਨ ਨੇ ਉਹਦਾ ਰੱਦ ਹੋਣਗੇ ਬਾਈ ਇਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਪੰਜਾਬੀਆਂ ਨੇ ਜਦੋਂ ਵੀ ਪੈਰ ਪੱਟਿਆ ਇਹਨਾਂ ਨੇ ਮਗਰ ਨਹੀਂ ਮੁੜ ਕੇ ਪੈਰ ਧਰਿਆ ਹੈਗਾ ਹੁਣ ਤਾਂ ਸਾਰੇ ਉਹ ਇਕੱਲੇ ਪੰਜਾਬ ਦੀ ਨਹੀਂ ਸਾਰੇ ਹਿੰਦੁਸਤਾਨ ਦੀ ਲੜਾਈ ਬਣ ਚੁੱਕੀ ਹੈ ਜਿਹੜੇ ਇਹ ਕਾਲੇ ਕਾਨੂੰਨ ਨੇ ਇਹ ਰੱਦ ਹੋਏ ਬਿਨਾਂ ਗੱਲ ਹੀ ਨਹੀਂ ਬਣਨੀ MSP ਇਹਨਾਂ ਨੂੰ ਬਾਈ ਕਾਨੂੰਨ ਤੌਰ 'ਤੇ ਲਾਗੂ ਕਰਨੀ ਪੈਣੀ ਧੰਨਵਾਦ ਜੀ ਇਕਬੀਰ ਜੀ ਇੱਕ ਥੋੜ੍ਹਾ ਜਿਹਾ ਸਵਾਲ ਹੋਰ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਮੇਨ ਕੋਈ ਇਸ ਤੋਂ ਅੱਗੇ ਜੋ ਚੋਣਾਂ ਆ ਰਹੀਆਂ ਨੇ ਉਹਨਾਂ ਵਾਸਤੇ ਕੋਈ ਮੇਨ ਕੀ ਏਜੰਡਾ ਲੈ ਕੇ ਦੇਖੋ ਏਜੰਡਾ ਤਾਂ ਇਹ ਹੈ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਹਾਂਜੀ ਉਹ ਇੱਕ ਗੱਲ ਆਪਾਂ ਨੂੰ ਪਤਾ ਹੈ ਵੀ ਉਹ ਝੂਠ ਨਹੀਂ ਬੋਲਦੀ ਝੂਠਾ ਵਾਅਦਾ ਇੱਕ ਵੀ ਨਹੀਂ ਹੋਊਗਾ ਨਾ ਪਹਿਲਾਂ ਸੀ ਨਾ ਹੋਣਾ ਜੀ ਜੇ ਤੁਸੀਂ ਐਂ ਲਾ ਲਓ ਇਹ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਲੋਕ ਜਿਹੜੇ ਜਾਣੀ ਦੂਜੇ ਨੇ ਉਹ ਇਹ ਕਹਿੰਦੇ ਵੀ ਇਹ ਝੂਠਾ ਬੰਦਾ ਉਹ ਨਾ ਇੱਕ ਵੀ ਝੂਠ ਸਾਬਤ ਕਰ ਦੇਣ ਵੀ ਹਾਂ ਉਹਨੇ ਇੱਕ ਵੀ ਝੂਠ ਬੋਲਿਆ ਹੋਵੇ ਔਰ ਕੰਮ ਨਾ ਕੀਤਾ ਹੋਵੇ ਫਿਰ ਆਪਾਂ ਉਹਨੂੰ ਝੂਠਾ ਕਹਿ ਸਕਦੇ ਹਾਂ ਲਾਸਟ ਗੱਲ ਕੀ ਮੈਂ ਤੁਹਾਡੇ ਬਾਹਲੀ ਗੱਲ ਕੀ ਕਹਾਂ ਜੇ ਉਹਨੇ ਇੱਕ ਸੁਪਨਾ ਦੇਖਿਆ ਸੀਗਾ ਵੀ ਆਪਾਂ ਨੇ ਪਾਣੀ 'ਚ ਬੱਸ ਚਲਾਉਣੀ ਆ ਲੋਕਾਂ ਵਾਸਤੇ ਤਾਂ ਵੀ ਬਾਈ ਜੀ ਉਹਨੇ ਨਹਿਰ ਦੇ ਵਿੱਚ ਬੱਸ ਚਲਾ ਕੇ ਦਿਖਾਈ ਹੈ ਇਤੋਂ ਵੱਡੀ ਉਹ ਮਤਲਬ ਕੀ ਮਿਸਾਲ ਹੋ ਸਕਦੀ ਹੈ ਉਹਨਾਂ ਨੇ ਜੋ ਵੀ ਗੱਲ ਕਰਨੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਜਥੇਬੰਦੀ ਨੂੰ ਨਾਲ ਲੈ ਕੇ ਸਾਰੇ ਮਤਲਬ ਨੀਤੀਕਾਰਾਂ ਨੂੰ ਨਾਲ ਲੈ ਕੇ ਵਧੀਆ ਨੀਤੀਆਂ ਘੜਨਗੇ ਲੋਕਾਂ ਨੂੰ ਆਰਾਮ ਮਹਿਸੂਸ ਹੋਊਗਾ ਇਸ ਗੱਲ ਦਾ ਆਪਾਂ ਨੂੰ ਪਤਾ ਆਉਣ ਵਾਲਾ ਏਜੰਡਾ ਜੋ ਵੀ ਹੋਊ ਸਰਕਾਰ ਦਾ ਬਣਾਉਣ ਦਾ ਕਿਵੇਂ ਆਪਾਂ ਨੇ ਇਹ ਸਰ ਕਰਨੀ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਸਾਰੀ ਬੈਠ ਕੇ ਕੋਰ ਕਮੇਟੀ ਗੱਲ ਤੈਅ ਕਰੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਹੈ ਬਾਈ ਇਹ ਸੀ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਅਤੇ ਇਹਨਾਂ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜੋ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਅਗਰ ਪੰਜਾਬ ਸਰਕਾਰ ਚਾਹੇ ਤਾਂ ਉਹ ਤੇਲ ਦਾ ਜੋ ਰੇਟ ਹੈ ਉਹ ਬਹੁਤ ਘੱਟ ਕਰ ਸਕਦੀ ਹੈ ਅਤੇ ਜਿੰਨਾ ਜ਼ਿਆਦਾ ਟੈਕਸ ਲੈ ਰਹੀ ਹੈ ਉਹ ਟੈਕਸ ਘਟਾ ਸਕਦੀ ਹੈ ਅਤੇ ਜੋ ਸਰਕਾਰ ਦਾ ਇਹਨਾਂ ਨੇ ਇਹ ਵੀ ਦੱਸਿਆ
ਵੀ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜੋ ਏਜੰਡਾ ਹੋਏਗਾ ਉਹ ਸਾਰੀ ਕਮੇਟੀ ਜੋ ਮੈਂਬਰ ਨੇ ਉਹ ਬੈਠ ਕੇ ਗੱਲਬਾਤ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਐਲਾਨ ਕੀਤਾ ਜਾਊਗਾ। ਮੈਂ ਕੈਮਰਾਮੈਨ ਸਾਹਨ ਸਿੰਘ ਦੇ ਨਾਲ ਜਗਤਾਰ ਸਿੰਘ ਧੂਰੀ, ਆਜ਼ਾਦ ਨਿਊਜ਼ ਟੀਵੀ ਧੂਰੀ।